ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਸਾਰਿਆਂ ਦਾ ਆਪਣੇ ਯੂਟਿਊਬ ਚੈਨਲ 'ਤੇ ਬਹੁਤ ਬਹੁਤ ਸਵਾਗਤ ਕਰਦਾ ਹਾਂ। ਦੋਸਤੋ, ਅਸੀਂ ਅੱਜ ਦੀ ਇਸ ਵੀਡੀਓ ਵਿੱਚ ਲੈਕਚਰ ਆ ਰਹੀਆਂ 352 ਅਸਾਮੀਆਂ ਪੰਜਾਬ ਡਿਪਾਰਟਮੈਂਟ ਆਫ ਸਕੂਲ ਐਜੂਕੇਸ਼ਨ ਵੱਲੋਂ ਕੱਢੀਆਂ ਗਈਆਂ ਹਨ। ਤੋ ਇਸ ਵੀਡੀਓ ਵਿੱਚ ਅਸੀਂ ਇਸਦੀ ਡਿਟੇਲ ਨੂੰ ਡਿਸਕਸ ਕਰਾਂਗੇ। ਤੋ ਫਰੈਂਡਸ, ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਇਸ ਚੈਨਲ 'ਤੇ ਨਵੇਂ ਹੋਏ ਤਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਦੇ ਨਾਲ ਬੈੱਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਹਰ ਇਨਫੋਰਮੇਟਿਵ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ। ਅਗਰ ਤੁਹਾਨੂੰ ਵੀਡੀਓ ਅੱਛੀ ਲੱਗੇ, ਵੀਡੀਓ ਨੂੰ ਲਾਈਕ ਔਰ ਸ਼ੇਅਰ ਜ਼ਰੂਰ ਕਰਨਾ। ਤੋ ਇਸ ਦੇ ਨਾਲ ਹੀ ਵੀਡੀਓ ਸ਼ੁਰੂ ਕਰਦੇ ਹਾਂ। ਇਸ ਵੇਲੇ ਅਸੀਂ ਪੰਜਾਬ ਸਕੂਲ ਐਜੂਕੇਸ਼ਨ ਦੀ ਔਫੀਸ਼ੀਅਲ ਸਾਈਟ 'ਤੇ ਹਾਂ, ਜਿਸ ਵਿੱਚ ਤੁਸੀਂ ਦੇਖ ਰਹੇ ਹੋ ਸਕਰੀਨ 'ਤੇ ਲੈਕਚਰਾਰਸ ਬੈਕਲੋਗ 352 ਅਸਾਮੀਆਂ ਡਿਪਾਰਟਮੈਂਟ ਆਫ ਸਕੂਲ ਐਜੂਕੇਸ਼ਨ। ਉਸ ਤੋਂ ਬਾਅਦ ਤੁਸੀਂ ਨੀਚੇ ਦੇਖ ਰਹੇ ਹੋ ਜਿਹੜੀਆਂ ਕਿ ਅਲੱਗ ਅਲੱਗ ਸਬਜੈਕਟ ਦੀਆਂ ਜਿਹੜੀਆਂ ਅਸਾਮੀਆਂ ਨਿਕਲੀਆਂ, ਬਾਇਓਲੋਜੀ, ਲੈਕਚਰਾਰ, ਕਮਿਸਟਰੀ, ਕਮਰਸ, ਇਕਨੋਮਿਕਸ, ਇੰਗਲਿਸ਼, ਜੋਗ੍ਰਾਫੀ, ਹਿੰਦੀ, ਮੈਥ, ਫਿਜਿਕਸ, ਪੰਜਾਬੀ ਅਤੇ ਸ਼ਿਸ਼ੋਲੋਜੀ। ਤੋ ਸਭ ਤੋਂ ਪਹਿਲਾਂ ਅਸੀਂ ਬਾਇਓਲੋਜੀ ਦਾ ਦੇਖਦੇ ਹਾਂ। ਜਿਸ ਵਿੱਚ ਦੱਸਿਆ ਗਿਆ ਜਨਤਕ ਨਿਯੁਕਤੀਆਂ ਘਰ ਘਰ ਰੋਜ਼ਗਾਰ ਯੋਜਨਾ ਦੇ ਤਹਿਤ ਸਕੂਲ ਸਿੱਖਿਆ ਵਿਭਾਗ ਪੰਜਾਬ ਅਧੀਨ ਗਰੁੱਪ ਬੀ ਵਿੱਚ ਪੰਜਾਬ ਬਾਰਡਰ ਏਰੀਏ ਵਿੱਚ ਲੈਕਚਰਾਰ ਬਾਇਓਲੋਜੀ ਦੀਆਂ 27 ਬੈਕਲੋਗ ਦੀਆਂ ਅਸਾਮੀਆਂ ਨੂੰ ਭਰਨ ਲਈ ਯੋਗ ਉਮੀਦਵਾਰਾਂ ਪਾਸੋਂ ਵਿਭਾਗ ਦੀ ਵੈਬਸਾਈਟ 'ਤੇ ਔਨਲਾਈਨ ਦਰਖਾਸਤਾਂ ਦੀ ਮੰਗ ਮਿਤੀ 5 ਅਪ੍ਰੈਲ 2021 ਤੋਂ 26 ਅਪ੍ਰੈਲ 2021 ਤੱਕ ਕੀਤੀ ਜਾਂਦੀ ਹੈ। ਉਪਰੋਕਤ ਅਸਾਮੀਆਂ ਦੀ ਕੈਟਾਗਰੀ ਵਾਈਜ਼ ਵੰਡ ਹੇਠ ਲਿਖੇ ਅਨੁਸਾਰ ਹੈ। ਜਿਵੇਂ ਕਿ ਤੁਸੀਂ ਸਕਰੀਨ 'ਤੇ ਦੇਖ ਰਹੇ ਹੋ, ਜਨਰਲ ਕੈਟਾਗਰੀ ਦੀ ਕੋਈ ਪੋਸਟ ਨਹੀਂ ਹੈ। ਐੱਸ ਸੀ, ਐੱਮ ਐਂਡ ਬੀ, ਆਰ ਐਂਡ ਓ ਦੀ ਇੱਕ ਇੱਕ ਪੋਸਟ ਹੈ। ਬੀ ਸੀ ਦੀਆਂ 5 ਪੋਸਟ ਨੇ, ਐਕਸ ਸਰਵਿਸਮੈਨ ਜਨਰਲ ਦੀਆਂ 5 ਹੈ, ਐੱਮ ਐਂਡ ਬੀ ਦੀਆਂ 1 ਹੈ, ਆਰ ਐਂਡ ਓ ਦੀ 1 ਹੈ ਔਰ ਬੀ ਸੀ ਦੀ 2 ਹੈ। ਸੇਮ ਸਪੋਰਟਸ ਵਿੱਚ ਜਨਰਲ ਦੀ 3 ਹੈ, ਐੱਮ ਐਂਡ ਬੀ ਦੀ 1 ਹੈ, ਆਰ ਐਂਡ ਓ ਦੀ 1। ਟੋਟਲ 27 ਪੋਸਟ ਹੈ ਜੀ। ਬੇਸਿਕ ਕੁਆਲੀਫਿਕੇਸ਼ਨ ਹੈ ਜੀ ਐੱਮ ਐੱਸ ਸੀ ਬੋਟਨੀ, ਜੀਓਲੋਜੀ, ਬਾਇਓਟੈਕ, ਅਤੇ 55% ਮਾਰਕਸ, ਘੱਟੋ ਘੱਟ 55% ਨੰਬਰ, ਅਤੇ ਬੀ ਐੱਡ ਪਾਸ ਹੋਣੀ ਚਾਹੀਦੀ ਹੈ। ਇਸਦਾ 64 ਅੰਗ 150 ਨੰਬਰਾਂ ਦਾ ਲਿਖਤੀ ਟੈਸਟ ਲਿਆ ਜਾਏਗਾ। ਟੈਸਟ ਦੇ ਆਧਾਰ 'ਤੇ ਮੈਰਿਟ ਬਣਾਈ ਜਾਏਗੀ। ਇਸਦਾ ਪੇ ਸਕੇਲ ਹੈਗਾ 35,400 ਔਰ ਅਪਲਾਈ ਕਰਨ ਦੀ ਉਮਰ ਹੈਗੀ 18 ਸਾਲ ਤੋਂ ਲੈ ਕੇ 37 ਸਾਲ ਤੱਕ, ਅਤੇ 5 ਸਾਲ ਦੀ ਰਿਜ਼ਰਵ ਕੈਟਾਗਰੀ ਨੂੰ ਛੂਟ ਹੈ। ਔਰ ਇਸਦੀ ਅਪਲਾਈ ਕਰਨ ਦੀ ਜਿਹੜੀ ਫੀਸ ਹੈ ਜਨਰਲ ਕੈਟਾਗਰੀ ਵਾਸਤੇ 1,000 ਰੁਪਏ, ਰਿਜ਼ਰਵ ਕੈਟਾਗਰੀ ਵਾਸਤੇ 500 ਰੁਪਏ ਹੈ, ਅਤੇ ਸਾਬਕਾ ਸੈਨਿਕ ਖੁਦ ਵਾਸਤੇ ਕੋਈ ਨਹੀਂ ਹੈ।